ਅੰਧਵਿਸ਼ਵਾਸ ਨੇ ਹਮੇਸ਼ਾ ਵੱਡਾ ਨੁਕਸਾਨ ਕੀਤਾ, ਬੇੜਾ ਗਰਕ ਕੀਤਾ ਤੇ ਹੁਣ ਚਾਰ ਬੱਚੀਆਂ ਦੀ ਜਾਨ ਲੈ ਲਈ। ਮੱਧ ਪ੍ਰਦੇਸ਼ ਦੇ ਦਿਮੋਹ ਜ਼ਿਲ੍ਹੇ ਦੇ ਡੂਮਰ ਪਿੰਡ ਵਿੱਚ ਕਾਫੀ ਲੰਬੇ ਸਮੇਂ ਤੋਂ ਮੀਂਹ ਨਹੀਂ ਪਿਆ ਸੀ। ਮੀਂਹ ਨਾ ਪੈਣ ਕਾਰਨ ਲੋਕਾਂ ਨੇ ਉੱਥੇ ਇੱਕ ਰਸਮ ਕੀਤੀ, ਇੱਕ ਟੋਟਕਾ ਕੀਤਾ। ਉਹਨਾਂ ਨੇ ਉੱਥੇ ਡੱਡੂਆਂ ਦਾ ਵਿਆਹ ਕਰਵਾਇਆ। ਡੱਡੂਆਂ ਦਾ ਵਿਆਹ ਕਰਾਉਣ ਤੋਂ ਬਾਅਦ ਇਹ ਲੋਕ ਉਹਨਾਂ ਨੂੰ ਛੱਡਣ ਵਾਸਤੇ ਤਲਾਬ ਤੇ ਗਏ। ਇਹਨਾਂ ਲੋਕਾਂ ਵਿੱਚ ਇਹ ਚਾਰ ਬੱਚੀਆਂ ਵੀ ਸ਼ਾਮਲ ਸੀ ਜਦੋਂ ਇਹ ਤਲਾਬ ਵਿੱਚ ਡੱਡੂਆਂ ਨੂੰ ਛੱਡਣ ਗਏ ਤਾਂ ਉੱਥੇ ਜ਼ਮੀਨ ਤਾਂ ਸੰਕਰਨ ਇਹ ਬੱਚੀਆਂ ਵੀ ਤਲਾਬ ਵਿੱਚ ਧਸ ਗਈਆਂ ਜਿਹਦੇ ਕਰਕੇ ਇਹਨਾਂ ਚਾਰ ਮਾਸੂਮ ਬੱਚੀਆਂ ਦੀ ਮੌਤ ਹੋ ਗਈ ਜਦੋਂ ਇਹ ਬੱਚੀਆਂ ਤਲਾਬ ਵਿੱਚ ਨਹਾ ਰਹੀਆਂ ਸੀ ਤਾਂ ਉਹਨਾਂ ਵਿੱਚੋਂ ਤਿੰਨ ਬੱਚੀਆਂ ਜ਼ਮੀਨ ਤਾਂ ਸੰਕਰਨ ਡੁੱਬਣ ਲੱਗੀਆਂ ਚੌਥੀ ਬੱਚੀ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਕੋਸ਼ਿਸ਼ ਕਰਦੇ ਕਰਦੇ ਉਹ ਖੁਦ ਵੀ ਇਹਨਾਂ ਦੇ ਨਾਲ ਡੁੱਬ ਗਈ ਜਦੋਂ ਇਹ ਸਾਰੀ ਘਟਨਾ ਦਾ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਜਲਦੀ ਨਾਲ ਇਹਨਾਂ ਲੜਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਲੜਕੀਆਂ ਨੂੰ ਤਲਾਬ ਵਿੱਚੋਂ ਕੱਢਿਆ ਪਰ ਜਦੋਂ ਤੱਕ ਇਹਨਾਂ ਨੇ ਤਲਾਬ ਵਿੱਚੋਂ ਲੜਕੀਆਂ ਨੂੰ ਕੱਢ ਕੇ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਲੜਕੀਆਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦੰਤ ਤੋੜ ਗਈਆਂ ਇਹਨਾਂ ਲੜਕੀਆਂ ਵਿੱਚ ਦੋ ਸਕੀਆਂ ਪੈਣਾ ਸਨ ਇੱਕ ਉਹਨਾਂ ਦੇ ਚਾਚੇ ਦੀ ਧੀ ਸੀ ਤੇ ਇੱਕ ਉਹਨਾਂ ਦੇ ਗਵਾਂਢੀਆਂ ਦੀ ਲੜਕੀ ਸੀ ਇਹਨਾਂ ਸਾਰੀਆਂ ਲੜਕੀਆਂ ਦੀ ਉਮਰ 9 ਤੋਂ ਲੈ ਕੇ 12 ਸਾਲ ਦੱਸੀ ਜਾ ਰਹੀ ਆ ਇਹਨਾਂ ਬੱਚੀਆਂ ਦੇ ਨਾਮ ਮਾਇਆ ਰਾਗਣੀ ਪਿੰਸੋ ਰਜੇਸ਼ਵਰੀ ਦੱਸੇ ਜਾ ਰਹੇ ਨੇ ਤੇ ਮਾਇਆ ਇਹਨਾਂ ਵਿੱਚੋਂ ਸਭ ਤੋਂ ਛੋਟੀ ਮਤਲਬ 9 ਸਾਲ ਦੀ ਉਮਰ ਦੀ ਸੀ ਤੇ ਬਾਕੀ ਸਾਰੀਆਂ ਲੜਕੀਆਂ 12 ਸਾਲ ਦੀਆਂ ਸੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਨਾਲ ਹੀ ਕਿਹਾ ਕਿ ਇਹਨਾਂ ਲੜਕੀਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਸਾਇੰਸ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਤਦ ਵੀ ਸਾਡੇ ਲੋਕ ਇਨ ਅੰਧਵਿਸ਼ਵਾਸਾਂ ਵਿੱਚ ਇੰਨਾ ਜ਼ਿਆਦਾ ਕਿਉਂ ਧਸੇ ਹੋਏ ਨੇ ਹੁਣ ਤੱਕ ਇਹਨਾਂ ਅੰਧਵਿਸ਼ਵਾਸ਼ਾਂ ਕਰਕੇ ਕਿੰਨੇ ਮਾਸੂਮ ਬੱਚਿਆਂ ਦੀ ਬਲੀ ਦਿੱਤੀ ਜਾ ਚੁੱਕੀ ਹੈ ਸਾਡੇ ਲੋਕ ਹਲੇ ਤੱਕ ਇਹ ਗੱਲ ਵੀ ਸਮਝ ਨਹੀਂ ਸਕੇ ਕਿ ਇਮੀ ਗੁੱਡੇ ਗੁੱਡੀਆਂ ਨੂੰ ਫੂਕੇ ਨਹੀਂ ਜਾਂ ਇਹਨਾਂ ਡੱਡੂਆਂ ਦਾ ਵਿਆਹ ਕਰਵਾ ਕੇ ਨਹੀਂ ਪੈਣਾ ਏ ਬਲਕੇ ਇੱਕ ਕੁਦਰਤੀ ਨਿਜਮਾ ਇੱਕ ਮੌਸਮੀ ਚੱਕਰ ਆ ਜਿਹਦੇ ਕਰਕੇ ਮੀਂਹ ਪੈਣਾ ਸਾਡੇ ਪੰਜਾਬ ਵਿੱਚ ਜਿਹਨੂੰ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਆ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਸਾਰੇ ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚੋਂ ਕੱਢਿਆ ਪਰ ਸਾਡੇ ਵੀ ਇੱਥੇ ਮੀਂਹ ਪਉਣ ਲਈ ਲੋਕ ਗੁੱਡੇ ਗੁੱਡੀਆਂ ਫੂਕਦੇ ਰਹਿੰਦੇ ਨੇ ਉਹ ਇਸ ਗੱਲ ਨੂੰ ਕਦੇ ਨਹੀਂ ਸਮਝੇ ਹੁਣ ਤੱਕ ਕਿ ਜਿਹੜੇ ਪੇੜ ਪੌਦੇ ਜਿਹੜੇ ਜੰਗਲ ਇਹ ਮੀ ਪੋਣ ਪੋਣ ਵਿੱਚ ਸਹਾਈ ਹੁੰਦੇ ਨੇ ਅਸੀਂ ਉਹਨਾਂ ਨੂੰ ਤਾਂ ਨਸ਼ਟ ਕਰ ਰਹੇ ਹਾਂ ਅਸਲ ਵਿੱਚ ਲੋਕਾਂ ਵੱਲੋਂ ਕੀਤੇ ਜਾਂਦੇ ਟੂਨੇ ਟਾਮਣ ਅੰਧਿਸ਼ਵਾਸ਼ ਦਿੱਤੀਆਂ ਜਾਂਦੀਆਂ ਬਲੀਆਂ ਵਾਸਤੇ ਲੋਕ ਦੋਸ਼ੀ ਨਹੀਂ ਸਗੋਂ ਇੱਥੋਂ ਦਾ ਰਾਜਨੀਤਿਕ ਪ੍ਰਬੰਧ ਦੋਸ਼ੀ ਆ ਕਿਉਂਕਿ ਰਾਜਨੀਤੀਵਾਣ ਕਦੇ ਨਹੀਂ ਚਾਹੁੰਦੇ ਕਿ ਸਾਡੇ ਲੋਕ ਅੰਧਵਿਸ਼ਵਾਸ਼ਾਂ ਵਿੱਚੋਂ ਬਾਹਰ ਆਉਣ ਕਿਉਂਕਿ ਜਦੋਂ ਲੋਕ ਅੰਧਵਿਸ਼ਵਾਸ਼ਾਂ ਵਿੱਚੋਂ ਬਾਹਰ ਆਏ ਉਹ ਆਪਣੀ ਆਪਣੀਆਂ ਸਮੱਸਿਆਵਾਂ ਦੀ ਅਸਲੀ ਜੜ ਨੂੰ ਪਹਿਚਾਣਨ ਲੱਗੇ ਤਾਂ ਜਿਹੜੇ ਇਹ ਰਾਜਨੀਤਾਵਾਂ ਦੇ ਤਖਤ ਨੇ ਤਾਜ ਨੇ ਉੱਠ ਏ ਢੇਰੀ ਹੋ ਜਾਣਗੇ ਇਸ ਕਰਕੇ ਰਾਜਨੀਤੀਮਾਨ ਕਦੇ ਨਹੀਂ ਚਾਹੁੰਦੇ ਕਿ ਲੋਕ ਇਹਨਾਂ ਅੰਧਵਿਸ਼ਵਾਸਾਂ ਵਿੱਚੋਂ ਬਾਹਰ ਆਉਣ ਤੇ ਆਪਦੇ ਆ ਜਿਹੜੀਆਂ ਸਮੱਸਿਆਵਾਂ ਉਹਨਾਂ ਦੀ ਅਸਲੀ ਜੜ ਨੂੰ ਪਹਿਚਾਨਣ ਸਾਡੇ ਲੋਕਾਂ ਨੂੰ ਇਹਨਾਂ ਅੰਧਵਿਸ਼ਵਾਸਾਂ ਵਿੱਚੋਂ ਬਾਹਰ ਆਉਣਾ ਚਾਹੀਦਾ ਆਪਣੀ ਸੋਚ ਨੂੰ ਵਿਗਿਆਨਕ ਬਣਾਉਣਾ ਚਾਹੀਦਾ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਹਨਾਂ ਦੇ ਦੁੱਖਾਂ ਦਾ ਅਸਲ ਕਾਰਨ ਉਹਨਾਂ ਦੀ ਅਗਿਆਨਤਾ ਹੈ ਉਹਨਾਂ ਦਾ ਅੰਧਵਿਸ਼ਵਾਸ ਉਹਨਾਂ ਦੇ ਦੁੱਖਾਂ ਦੀ ਦੁੱਖਾਂ ਦਾ ਕਾਰਨ ਬਣਿਆ ਹੋਇਆ ਉਹਨਾਂ ਦੀ ਅਗਿਆਨਤਾ ਉਹਨਾਂ ਦੇ ਦੁੱਖਾਂ ਦਾ ਕਾਰਨ ਬਣੀ ਹੋਈ ਹੈ ਤੇ ਸਰਕਾਰਾਂ ਕਦੇ ਨਹੀਂ ਚਾਹੁੰਦੀਆਂ ਕਿ ਲੋਕ ਵਿਗਿਆਨਕ ਹੋਣ ਉਹਨਾਂ ਦਾ ਨਜ਼ਰੀਆ ਵਿਗਿਆਨਕ ਹੋਵੇ ਉਹ ਸੋਚਣ ਲੱਗਣ ਚੇਤਨ ਹੋਣ ਕਿਉਂਕਿ ਜਿਸ ਦਿਨ ਲੋਕ ਚੇਤਨ ਹੋਗੇ ਸਰਕਾਰਾਂ ਵਾਸਤੇ ਉਹ ਕੜੀ ਔਖੀ ਹੋ ਜਾਣੀ ਹੈ ਸੋ ਇਸ ਅੰਧਵਿਸ਼ਵਾਸ ਕਰਕੇ ਮੱਧ ਪ੍ਰਦੇਸ਼ ਵਿੱਚ ਜਿਹੜੀ ਇਹ ਘਟਨਾ ਵਾਪਰੀ ਆ ਇਹ ਬਹੁਤ ਮਾੜੀ ਘਟਨਾ ਵਾਪਰੀ ਆ ਜਿਹੜੇ ਅੰਧਵਿਸ਼ਵਾਸ ਦੀ ਭੇਟ ਇਹ ਚਾਰ ਮਾਸੂਮ ਬੱਚੀਆਂ ਚੜ ਗਈਆਂ ਡੂਮਰ ਪਿੰਡ ਦੀਆਂ ਤੁਹਾਨੂੰ ਪੂਰੀ ਘਟਨਾ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਮੱਧ ਪ੍ਰਦੇਸ਼ ਦੇ ਦਿਮੋਹ ਜ਼ਿਲ੍ਹੇ ਦੇ ਡੂਮਰ ਪਿੰਡ ਵਿੱਚ ਕਾਫੀ ਲੰਮੇ ਸਮੇਂ ਤੋਂ ਮੀਂਹ ਨਹੀਂ ਸੀ ਪਿਆ ਜਿਦੇ ਕਰਕੇ ਲੋਕਾਂ ਨੇ ਇੱਕ ਅੰਧਵਿਸ਼ਵਾਸੀ ਟੋੜਕਾ ਵਰਤਿਆ ਉਹਨਾਂ ਨੇ ਕੁਝ ਡੱਡੂਆਂ ਦਾ ਵਿਆਹ ਕਰਵਾਇਆ ਡੱਡੂਆਂ ਦਾ ਵਿਆਹ ਕਰਨ ਤੋਂ ਬਾਅਦ ਉਹ ਡੱਡੂਆਂ ਨੂੰ ਤਲਾਬ ਦੇ ਪਾਣੀ ਵਿੱਚ ਛੱਡਣ ਗਏ ਜਿੱਥੇ ਕਾਫੀ ਸਾਰੇ ਲੋਕ ਉਹਨਾਂ ਦੇ ਨਾਲ ਗਏ ਉੱਥੇ ਚਾਰ ਬੱਚੀਆਂ ਵੀ ਉਹਨਾਂ ਦੇ ਨਾਲ ਗਈਆਂ ਜਿਹੜੀਆਂ ਬੱਚੀਆਂ ਤਲਾਬ ਵਿੱਚ ਨਹਾਉਣ ਲੱਗ ਗਈਆਂ ਉਹਨਾਂ ਵਿੱਚੋਂ ਤਿੰਨ ਬੱਚੀਆਂ ਮਿੱਟੀ ਤਸਨ ਕਾਰਨ ਤਲਾਬ ਵਿੱਚ ਡੁੱਬਣ ਲੱਗੀਆਂ ਤੇ ਇੱਕ ਉਹਨਾਂ ਦੀ ਨਾਲ ਦੀ ਸਹੇਲੀ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵਿਚਾਰੀ ਉਹਨਾਂ ਨੂੰ ਬਚਾਉਂਦੇ-ਬਚਾਉਂਦੇ ਆਪ ਵੀ ਨਾਲ ਡੁੱਬ ਗਈ ਪਾਣੀ ਵਿੱਚ ਡੁੱਬਣ ਕਰਕੇ ਚਾਰਾਂ ਬੱਚੀਆਂ ਦੀ ਮੌਤ ਹੋ ਗਈ ਜਦੋਂ ਇਹ ਘਟਨਾ ਦਾ ਬਾਕੀ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਜਲਦੀ ਨਾਲ ਬੱਚੀਆਂ ਨੂੰ ਉਸ ਤਲਾਬ ਵਿੱਚੋਂ ਕੱਢਿਆ ਕੱਢ ਕੇ ਉਹਨਾਂ ਨੇ ਜਦੋਂ ਤੱਕ ਹਸਪਤਾਲ ਲੈ ਜਾਣਾ ਚਾਹਿਆ ਬੱਚੀਆਂ ਦੀ ਮੌਤ ਹੋ ਗਈ ਸੀ ਇਸ ਘਟਨਾ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੂਨ ਯਾਦਵ ਨੇ ਦੁੱਖ ਦਾ ਪ੍ਰਗਟਾਵਾ ਜ਼ਾਹਰ ਕੀਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਬੱਚੀਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਆਰਥਿਕ ਸਹਾਇਤਾ ਦਿੱਤੀ ਜਾਵੇਗੀ